ਸਤਿ ਸ਼੍ਰੀ ਅਕਾਲ ਜੀ, ਮੈਂ ਕੋਲ ਮੇਰੇ ਪੇਸ਼ੈਂਟ ਸਰਦਾਰ ਮਨਦੀਪ ਸਰਾਏ ਬੈਠੇ ਆ, ਅਤੇ ਇਹਨਾਂ ਦੀ ਅਸੀਂ 1.5 ਮਹੀਨਾ ਪਹਿਲਾਂ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕੀਤੀ ਸੀ। ਮਨਦੀਪ ਜੀ, ਕੀ ਹਾਲ ਆ? ਠੀਕ ਹੈ ਜੀ। ਇੰਟਰੋਡਕਸ਼ਨ ਦਿਓ, ਤੁਸੀਂ ਕਿੱਥੋਂ ਆਏ? ਅਸੀਂ ਟੋਰਾਂਟੋ ਤੋਂ। ਰੁਚੀ ਬੋਲੇ ਮੈਂ ਤੁਹਾਨੂੰ ਕਨੇਡਾ ਤੋਂ ਆਏ ਜੀ, ਟੋਰਾਂਟੋ ਤੋਂ। ਕੀ ਕੰਮ ਕਰਦੇ ਸੀ? ਟਰਕਿੰਗ ਦਾ ਜੀ ਆਪਣਾ। ਅਤੇ ਕਿੰਨਾ ਭਾਰ ਸੀ ਜਦੋਂ ਸਾਡੇ ਕੋਲ ਆਏ ਤੁਸੀਂ? ਉਦੋਂ ਅਸੀਂ ਜੀ 133 ਕੇਜੀ। ਅਤੇ 1.5 ਮਹੀਨੇ 'ਚ ਕਿੰਨਾ ਘਟਾ ਲਿਆ ਤੁਸੀਂ? ਅਰਾਊਂਡ 12 ਕੇਜੀ। 12 ਕਿਲੋ ਭਾਰ ਘੱਟ ਗਿਆ। ਕਿੱਦਾਂ ਕਿੱਦਾਂ ਫੀਲ ਕਰਦੇ ਆ? ਮੱਚ ਬੈਟਰ ਹੈ। ਥੋੜ੍ਹਾ ਤੁਰਨਾ ਫਿਰਨਾ ਸੌਖਾ ਹੋ ਗਿਆ? ਸੌਖਾ ਹੋ ਗਿਆ ਜੀ, ਪਹਿਲਾਂ ਸਾਹ ਹੀ ਬਹੁਤ ਚੜ੍ਹਦਾ ਸੀ, ਪੌੜੀਆਂ ਵੀ 2-4 ਸਟੈਪ ਵੀ ਚੜ੍ਹਦੇ, ਸਾਹ ਨਾਲ ਸਾਹ ਨਹੀਂ ਹੁੰਦਾ। ਹੁਣ 6-7 ਕਿਲੋਮੀਟਰ 8 ਕਿਲੋਮੀਟਰ ਤੱਕ ਵੀ ਬਾਹਰ ਕਰ ਲਈ ਜੀ। ਸੋ ਮਨਦੀਪ ਜੀ, ਇੱਕ ਟਰੈਕਿੰਗ ਦਾ ਕੰਮ ਹੈ ਇਹਨਾਂ ਦਾ, ਸੋ ਕਾਫੀ ਸਮਾਂ ਤੁਹਾਨੂੰ ਮੈਂ ਟਰੱਕ 'ਤੇ ਬਿਤਾਉਣਾ ਪੈਂਦਾ, ਕਾਫੀ ਲੰਬੀ ਜਿਹੀ ਸਿਟਿੰਗ ਹੋ ਜਾਂਦੀ ਹੈ ਨਾ, ਸਿਟਿੰਗ ਹੋ ਜਾਂਦੀ, ਵੈਸੇ ਤਾਂ ਭਾਰ ਵੀ ਵੱਧ ਗਿਆ ਸੀ ਤੁਹਾਡਾ ਐਕਸਰਸਾਈਜ਼। ਹਾਂਜੀ ਅਤੇ ਬਹੁਤ ਬੈਟਰ ਹੈ ਹੁੰਦਾ, ਹਜੇ 1.5 ਮਹੀਨਾ ਹੀ ਹੋਇਆ ਅਤੇ ਮੈਨੂੰ ਐਕਸਪੈਕਟੇਸ਼ਨ ਹੈਗੀ ਵੀ ਇਹ ਤਕਰੀਬਨ 100 ਕੁ ਪਾਉਂਡ ਭਾਰ ਘੱਟ ਜੂਗਾ 1.5 ਸਾਲ ਦੇ ਸਮੇਂ ਦੇ ਵਿੱਚ, ਅਤੇ ਹੋਰ ਤੁਸੀਂ ਫਿੱਟ ਹੋ ਜਾਣਾ, ਜ਼ਿਆਦਾ ਤੁਸੀਂ ਐਫੀਸ਼ੀਐਂਸੀ ਨਾਲ ਆਪਣੇ ਕੰਮ ਕਰ ਸਕਦੇ ਹਾਂ। ਤੇ ਜੇ ਤੁਹਾਨੂੰ ਕੋਈ ਕੋਈ ਸਲਾਹ ਲੈਣਾ ਚਾਹੇ, ਤੁਹਾਡਾ ਨੰਬਰ ਅਸੀਂ ਸ਼ੇਅਰ ਕਰ ਸਕਦੇ ਹਾਂ? ਯਾ ਸ਼ੋਰ। ਨੰਬਰ ਬੋਲੋ ਆਪਣਾ ਕੈਨੇਡਾ ਦਾ। 6475554561। ਠੀਕ ਆ। ਤੇ ਨੰਬਰ ਹੋਰ ਹੈ 4163190811। ਠੀਕ ਆ। ਤੁਹਾਨੂੰ ਕੋਈ ਸਲਾਹ ਹੈ ਤੁਸੀਂ ਦੱਸ ਦਿਓ, ਲੋਕਾਂ ਨੂੰ ਕਦੇ ਮਨ 'ਚ ਵਹਿਮ ਹੁੰਦਾ ਵੀ ਸ਼ਾਇਦ ਦੂਰ ਜਾਣਾ ਕੋਈ ਖਰਾਬ ਨਾ ਹੋ ਜਾਏ ਜਾਂ ਕੋਈ ਡਰ ਹੁੰਦਾ ਮਨ 'ਚ, ਸੋ ਇੱਕ ਸਿੱਧੇ ਗੱਲ ਕਰਕੇ ਤੁਹਾਡੇ ਡਾਊਟ ਕਲੀਅਰ ਹੋ ਜਾਂਦੇ ਆ। ਹਾਂ ਜੀ ਸ਼ੋਰ, ਐਨੀ ਟਾਈਮ। ਤੇ ਠੀਕ ਆ ਮਨਦੀਪ ਜੀ, ਥੈਂਕ ਯੂ, ਤੁਸੀਂ ਸਾਡੇ ਕੋਲ ਆਇਆ, ਸਾਡੇ ਤੁਸੀਂ ਟਰੱਸਟ ਕੀਤਾ, ਰੀਅਲੀ ਅਪਰੀਸ਼ੀਏਟ। ਥੈਂਕ ਯੂ ਜੀ। ਥੈਂਕ ਯੂ।